ਸਵਣ ਪਰ ਸਸ਼ਟ੍ਰੀ ਕਾਲ ਨੂੰ ਉਸ ਗੱਲ ਕਰਨ ਜਾ ਰਹੇ ਹਾਂ ਕਰਨ ਆਇਲਾ ਦੇ ਨਾਲ ਹੀ ਦੋਸਤੋ ਗੱਲ ਹੋਏਗੀ ਦਲਜੀਤ ਤਸਾਈ ਦੀ ਤੁਹਾਨੂੰ ਦੱਸਦੇ ਨੇ ਦੋਸਤੋ ਕਰਨ ਆਇਲਾ ਨੇ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਆਪਣੀ ਹਾਜ਼ਰੀ ਲਗਾਈ ਹੈ ਉੱਥੇ ਦੋਸਤੋ ਦਲਜੀਤ ਤਸਾਈ ਦੇ ਵੱਲੋਂ ਕੁਝ ਨਵੇਂ ਪੋਡਕਾਸਟ ਆਪਣੇ ਸ਼ੇਅਰ ਕੀਤੇ ਗਏ ਨੇ ਐਸੇ ਮੌਕੇ ਤੁਹਾਨੂੰ ਦੱਸਦੇ ਨੇ ਕਿ ਕੁਝ ਐਵੇਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਕਿਸੇ ਨੂੰ ਨਹੀਂ ਪਤਾ ਸੀ ਪਰ ਪਤਾ ਹੈ ਕਿ ਦੋਸਤੋ ਕਰਨ ਆਇਲਾ ਤੇ ਦਲਜੀਤ ਤਸਾਈ ਦੋਨੋਂ ਹੀ ਕਲੈਬ ਕਰ ਚੁੱਕੇ ਨੇ ਤੇ ਕਰਨ ਆਇਲਾ ਨੇ ਸਪੈਸ਼ਲੀ ਗਾਣਾ ਲਿਖਿਆ ਸੀ ਦਲਜੀਤ ਤਸਾਈ ਦੇ ਵਾਸਤੇ ਹੁਣ ਉਸੇ ਗਾਣੇ ਦੇ ਬਾਰੇ ਇੱਕ ਸਟੋਰੀ ਨਿਕ ਅਸਿਕੇ ਦਲਜੀਤ ਜੋਸਾਇੰਦਾਂ ਕਰਨ ਆਇਲਾ ਦੇ ਨਾਲ ਜਿਹੜੇ ਪ੍ਰੋਜੈਕਟ ਕੰਪਲੀਟ ਕਿਦਾਂ ਹੋਇਆ ਜੀਆ ਦੋਸਤਾਂ ਦਲਜੀਤ ਨੇ ਆਪ ਦੱਸਿਆ ਕਿ ਉਹ ਬਾਲੀਵੁੱਡ ਦੇ ਫਿਲਮਾਂ ਦੇ ਵਿੱਚ ਕਾਫੀ ਦਾ ਬਿਜ਼ੀ ਸੀ ਕਾਫੀ ਕੰਮ ਕਰ ਰਹੀ ਸੀ ਕਾਫੀ ਫੋਕਸ ਕਰ ਰਹੀ ਸੀ ਉਹ ਬਾਲੀਵੁੱਡ ਦੀ ਮੂਵੀਆਂ ਦੇ ਵਿੱਚ ਉੱਥੇ ਦੋਸਤੋ ਉਹ ਕੁਝ ਗਾਣੇ ਵੀ ਰਿਲੀਜ਼ ਕਰਨਾ ਚਾਹੁੰਦੇ ਸੀ ਉਹਨਾਂ ਕੋਲ ਇੱਕ ਪ੍ਰੋਡਿਊਸਰ ਦੀ ਬੀਟ ਪਈ ਹੋਈ ਸੀ ਜਿਹਦੇ ਉੱਪਰ ਕੁਝ ਲਾਈਨਾਂ ਦਲਜੀਤ ਜੋਸਾਇੰਦ ਨੇ ਲਿਖੀਆਂ ਹੋਈਆਂ ਸੀ ਜੀ ਹਾਂ ਦੋਸਤੋ ਤੇ ਦਲਜੀਤ ਸਾਈ ਨੇ ਜੀਫ ਵੰਕ ਮਿਊਜ਼ਿਕ ਪ੍ਰੋਡਿਊਸਰ ਨੂੰ ਸਪੈਸ਼ਲੀ ਕਿਹਾ ਕਿ ਇਹ ਜਿਹੜੀ ਬੀਟ ਹੈਗੀ ਹੈ ਕਿਸੇ ਨੂੰ ਨਾ ਸੈਂਡ ਕੀਤੀ ਜਾਵੇ ਇਸ ਦੇ ਉੱਪਰ ਉਹ ਗਾਣਾ ਕਰਨਾ ਚਾਹੁੰਦੇ ਨੇ ਕੁਝ ਸਮਾਂ ਬੀਤਣ ਤੋਂ ਬਾਅਦ ਦਲਜੀਤ ਸਾਈ ਨੇ ਦੱਸਿਆ ਕਿ ਉਹਨੇ ਜਦੋਂ ਪ੍ਰੋਡਿਊਸਰ ਨੂੰ ਦੁਬਾਰਾ ਕਾਲ ਕੀਤੀ ਕਿ ਉਹ ਜਿਹੜੀ ਬੀਟ ਹੈਗੀ ਸੀ ਜਿੰਦੇ ਉੱਪਰ ਦਲਜੀਤ ਸਾਈ ਨੇ ਉਸ ਪ੍ਰੋਡਿਊਸਰ ਨੂੰ ਗਾਣਾ ਕਰਨ ਲਈ ਕਿਹਾ ਸੀ ਉਹ ਕਿਸਨੂੰ ਸੈਂਡ ਤਾਂ ਕੀਤੀ ਤਾਂ ਜਿਸ ਤੋਂ ਬਾਅਦ ਜੀਪੰਗ ਵੱਲੋਂ ਇਹ ਜਵਾਬ ਤਾਂ ਆਇਆ ਸੀ ਉਹ ਬੀਟ ਉਹਨੇ ਕਰਨ ਆਇਲਾ ਨੂੰ ਸੈਂਡ ਕੀਤੀ ਸੀ ਤੇ ਕਰਨ ਆਇਲਾ ਨੇ ਉਸਦੇ ਉੱਪਰ ਗਾਣਾ ਆਲਰੇਡੀ ਲਿਖਿਆ ਹੋਇਆ ਸੀ ਜਿਸ ਤੋਂ ਬਾਅਦ ਇਹ ਗਾਣਾ ਜਿਹੜਾ ਹੈਗਾ ਦਿਲਜੀਤ ਦਸਾਂਝ ਦੇ ਵੱਲੋਂ ਆਪਣੀ ਐਲਬਮ ਦੇ ਵਿੱਚ ਪਾਇਆ ਗਿਆ ਜੀ ਆ ਦੋਸਤੋ ਗੋੜ ਖਣ ਦਾ ਨਾਮ ਸੀ ਜੋ ਦਿਲਜੀਤ ਦਸਾਂਝ ਤੇ ਕਰਨ ਆਇਲਾ ਦੀ ਕੋਲਾਬੋਰੇਸ਼ਨ ਸੀ ਇਹ ਸੀ ਸਟੋਰੀ ਕਿ ਇਹ ਜਿਹੜਾ ਗਾਣਾ ਹੈਗਾ ਇਹ ਕਿਵੇਂ ਬਣਿਆ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਕਮੈਂਟ ਸੈਕਸ਼ਨ ਆਪਣੀ ਰਾਏ ਜ਼ਰੂਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਹਾਂ ਹੋਰ ਵੀਡੀਓes ਨਾਲ ਧੰਨਵਾਦ